ਕੰਡ ਪਿੱਛੇ ਕਾਤਲ ਰਹਿੰਦੇ ਨੇ। ਜੇ ਤੈਨੂੰ ਕਤਲ ਹੋਣ ਦਾ ਸ਼ੌਕ ਹੈ ਤੇ ਤੂੰ ਠੀਕ ਥਾਂ ਤੇ ਆ ਗਿਆ। ਮੇਰਾ ਨਾਂ ਪੱਪੂ ਖਾਨ ਹੈ। ਓ ਕਿਆ ਸੁਣਦਾ ਹੈ ਥੜੀਆ, ਲਾਹੌਰ ਕੀ ਲੈਣ ਆਇਆ? ਹੁਣ ਸਿਆਲਕੋਟ ਨੂੰ ਥੋੜਾ ਕਰ ਸਮਝ ਕੇ ਸਲੂਟ ਮਾਰੇਂਗੀ ਤੇ ਲਾਹੌਰ ਵਿੱਚ ਰਵੇਂਗੀ। ਇਹਦਾ ਫੈਸਲਾ ਬਖ ਕਰੇਗਾ ਬੱਬੂ ਖਾਨ ਕਿ ਹੁਣ ਲਾਹੌਰ ਪਹਿਲੇ ਕੌਣ ਛੱਡਦਾ ਹੈ। ਹੁਣ ਤੇਰੇ ਲਈ ਇਸ ਦੁਨੀਆਂ ਤੇ ਦੁਆਸਾ ਲੈਣ ਦੀ ਇੱਕੋ ਤੇ ਆਖਰੀ ਸ਼ਰਤ ਹੈ। ਮੈਨੂੰ ਉਸ ਬੰਦੇ ਦਾ ਬੂਆ ਵਿਖਾ ਜਿਹੜਾ ਤੈਨੂੰ ਵਿਖਾ ਵਿਖਾ ਕੇ ਲੋਕਲ ਦੀਆਂ ਵਰਦੀਆਂ ਲੈਂਦਾ। ਬੱਬੂ ਖਾਨ, ਉਹਦਾ ਪਤਾ ਤੈਨੂੰ ਸਾਡੀਆਂ ਗੋਲੀਆਂ ਦੱਸਣਗੀਆਂ। ਮੇਰਾ ਸਵਾਲ ਮੇਰੀਆਂ ਅੱਖਾਂ ਚੋਂ ਨਿਕਲ ਕੇ ਕਲਾਸ਼ਨਕੋਵ ਦੀ ਇੰਨਾ ਲਈ ਤੇ ਆ ਗਈ ਬਾਈ, ਬੋਲਣਾ ਸ਼ੁਰੂ ਕਰ ਦੇ। ਜਿੱਥੇ ਚਾਰ ਲਾਸ਼ਾਂ ਡੇਗੀਆਂ ਨੇ ਉੱਥੇ ਇੱਕ ਹੋਰ ਵੀ ਸੁੱਟੇ ਬੱਬੂ ਖਾਨ, ਤਾਈ ਇੱਕੋ ਸ਼ਰਤ ਤੇ ਬੋਲੇਗੀ ਕਿ ਆਪਣਾ ਆਪ ਤੇਰੇ ਨਾਲ ਮਿਲਾ ਦੇ। ਮੌਤ ਕੋਲੋਂ ਜ਼ਿੰਦਗੀ ਤੇ ਸੂਰਜ ਕੋਲੋਂ ਸਾਇਆ ਨਹੀਂ ਮੰਗੀਦਾ ਬਾਈ। ਮੈਂ ਕੱਲ ਆਵਾਂ ਤੇ ਬੰਦਾ ਤੇਰੇ ਮੋਢੇ ਨਾਲ ਆਉਣਾ ਚਾਹੀਦਾ। ਪਹਿਲਾਂ ਤੈਨੂੰ ਮੈਂ ਆਪਣੇ ਮੋਢੇ ਨਾਲ ਵੇਖਾਂਗੀ ਬੱਬੂ ਖਾਨ। ਲੇਕਿਨ ਡਰਾਈਵਰ ਤੇ ਕਹਿ ਰਹੇ ਸੀ। ਉਹਨੇ ਠੀਕ ਕਿਹਾ ਭਾਈ ਜਾਨ, ਇਹ ਗੈਰਤਮੰਦ ਭਰਾ ਨੇ ਮੈਨੂੰ ਬਚਾ ਲਿਆ। ਕੌਣ ਹੈ ਉਹ ਫਰਿਸ਼ਤਾ? ਅੰਦਰ ਆ ਜਾਓ ਭਾਈ ਜਾਨ। ਮੇਰੀ ਜ਼ਿੰਦਗੀ ਦਾ ਮਕਸਦ ਤੇਰੀ ਮੌਤ ਹੈ ਬੱਬੂ ਖਾਨ। ਇਹ ਕੀ ਕਰ ਰਹੇ ਹੋ ਭਾਈ ਜਾਨ? ਇਹਨੇ ਤੁਹਾਡੀ ਭੈਣ ਦੀ ਇੱਜ਼ਤ ਤੇ ਜ਼ਿੰਦਗੀ ਬਚਾਈ ਹੈ। ਕਿਸੇ ਦੀ ਇੱਜ਼ਤ ਬਚਾਉਣ ਦਾ ਮਤਲਬ ਇਹ ਨਹੀਂ ਕਿ ਕਿਸੇ ਦੀ ਜਾਨ ਲੈਣ ਦਾ ਤੇ ਡਾਕੇ ਮਾਰਨ ਦਾ ਹੱਕ ਮਿਲ ਜਾਏ। ਹਾਂ ਮੈਂ ਮੁਜਰਮ ਹਾਂ, ਮੈਂ ਲੁੱਟਣ ਵਾਲਾ ਕਾਤਲ ਹਾਂ, ਮਗਰ ਮੇਰਾ ਡਾਕੇ ਰਿਕਾਰਡ ਤੇ ਵੇਖ ਚੁੱਕੀ ਮੈਂ ਉਹੀ ਬੱਬੂ ਖਾਨ ਹਾਂ ਜਿਹਨੇ ਸਿਆਲਕੋਟ ਕੀਰਵਨ ਫਰੋਸ਼ਾਂ ਦੇ ਖਿਲਾਫ ਜਿਹੜਾ ਕੀਤਾ ਸੀ। ਮੇਰੇ ਹੱਥੋਂ ਮਰਨ ਵਾਲੇ ਬੇਗੁਨਾਹ ਨਹੀਂ, ਮਾਫੀਆ ਗਰੁੱਪ ਦੇ ਨਾਜਾਇਜ਼ ਪੁਰਸ਼ ਨੇ ਜਿਹੜੇ ਹੀਰੋਂ ਦੀ ਕਮਾਈ ਤੇ ਪਲ ਰਹੇ ਨੇ। ਜੇ ਮੈਨੂੰ ਗ੍ਰਿਫਤਾਰ ਕਰਕੇ ਇਸ ਭੈਣ ਦੇ ਭਰਾ ਦਾ ਅਹੁਦਾ ਵੱਧ ਸਕਦਾ ਹੈ ਤਾਂ ਫਿਰ ਮੈਨੂੰ ਗ੍ਰਿਫਤਾਰ ਕਰ ਲੈ, ਪਰ ਗ੍ਰਿਫਤਾਰੀ ਦੀ ਪਹਿਲੀ ਤੇ ਆਖਰੀ ਸ਼ਰਤ ਇਹ ਕਿ ਮੇਰੀ ਸਖੀ ਭੈਣ ਭਰੂ ਨੂੰ ਗੋਲੀ ਮਾਰ ਦੇ, ਜਿਹਦਾ ਇਸ ਦੁਨੀਆਂ 'ਚ ਮੇਰੇ ਸਿਵਾ ਹੋਰ ਕੋਈ ਵੀ ਸੱਜਣ ਨਹੀਂ। ਉਹ ਭੈਣ ਅਮਾਨਤ ਦੇ ਤੌਰ ਤੇ ਮੇਰੇ ਕੋਲ ਛੱਡ ਜਾ, ਇਹ ਮੇਰਾ ਤੇਰੇ ਨਾਲ ਵਾਅਦਾ ਹੈ। ਜੇ ਤੇਰੀ ਭੈਣ ਦੀ ਇੱਜ਼ਤ ਤੇ ਜ਼ਿੰਦਗੀ ਨੂੰ ਕੋਈ ਖਤਰਾ ਪੇਸ਼ ਆਇਆ ਤੇ ਫਿਰ ਮੈਂ ਡਿਪਟੀ ਨਹੀਂ ਬੱਬੂ ਖਾਨ ਬਣ ਕੇ ਉਹਦੇ ਮੋਢੇ ਨਾਲ ਖਲੋ ਜਾਵਾਂਗਾ। ਰੱਬ ਤੁਹਾਡੇ ਦੋਵਾਂ ਦੀ ਲਾਜ ਰੱਖੇ ਬੇਟੇ। ਮੇਰੀਆਂ ਦੁਆਵਾਂ ਤੇ ਬੱਬੂ ਖਾਨ ਦੇ ਨਾਲ ਨੇ ਮਾਂ। ਸਤਿ ਸ਼੍ਰੀ ਅਕਾਲ।
ਪੁੱਤਰ ਐਲਾਨ ਤੇ ਤੇਰਾ ਇਹ ਸੀ ਕਿ ਇਸ ਮਹੱਲੇ 'ਚ ਗੰਦੀ ਮੱਖੀ ਨਹੀਂ ਆ ਸਕਦੀ, ਤੇਰੇ ਡੇਰੇ ਤੇ ਇਹ ਤਵਾਇਫ ਕੌਣ ਲੈ ਆਇਆ ਹੈ? ਤੂੰ ਆਪੇ ਤੇ ਕਿਹਾ ਸੀ ਕਿ ਕੋਠਾ ਛੱਡ ਕੇ ਨਾਲ ਦੇ ਕਿਸੇ ਵੀ ਮਹੱਲੇ 'ਚ ਮਕਾਨ ਲੈ ਲੈ, ਤੇ ਤੇਰੇ ਵੱਲ ਕੋਈ ਨਹੀਂ ਤੱਕੇਗਾ। ਤੇਰੀ ਇਹ ਜੁਰਅਤ ਕਿ ਤੂੰ ਮੇਰੇ ਤੇ ਇਹੋ ਜਿਹਾ ਇਲਜ਼ਾਮ ਲਾਵੇਂ? ਤੈਨੂੰ ਪਤਾ ਸੀ ਕਿ ਤੂੰ ਇਹਨਾਂ ਸ਼ਰੀਫਾਂ ਦਾ ਮੁਕਾਬਲਾ ਨਹੀਂ ਕਰ ਸਕਣਾ, ਇਸ ਲਈ ਤੇ ਕਹਿ ਨਹੀਂ ਸਾ ਕਿ ਕੋਠੇ ਤੇ ਆ ਜਾਇਆ ਕਰ। ਅਸੀਂ ਤੇ ਉੱਥੇ ਵੀ ਹਾਜ਼ਰ ਸੀ। ਆਓ ਬਾਈ, ਬੱਬੂ ਖਾਨ ਆਪੇ ਨਿਬੜ ਲਏਗਾ। ਮੈਂ ਕੋਠੇ ਦਾ ਗੰਦ ਕੋਠੇ ਤੇ ਹੀ ਸੁੱਟ ਕੇ ਆਵਾਂਗਾ। ਆਪਣੇ ਵੇੜੇ ਦਾ ਗੰਦ ਕਦੇ ਰਿਸ਼ੀਆ ਕਿਸੇ ਨਾਲੇ ਸੁੱਟੀ ਦੇ ਕੋ ਕਿਸੇ ਗੈਰਤਮੰਦ ਦੇ ਬੂਹੇ ਅੱਗੇ ਨਹੀਂ ਰੱਖੀਦਾ। ਪੁੱਛ ਸਕਦੀ ਆ ਇਹ ਗੈਰਤਮੰਦ ਇਸ ਗਟਰ ਤੇ ਕਿਉਂ ਆ ਬੈਠਾ ਸੀ? ਇਹ ਬੱਬੂ ਖਾਨ ਦੀ ਜ਼ਿੱਦ ਸੀ ਤੇ ਇਹ ਸਾਡੀ ਜ਼ਿੱਦ ਹੈ। ਜਾਂ ਬੈਠਕ ਤੇ ਲੈ ਜਾ ਜਾਂ ਇੱਥੇ ਬੈਠਾ ਰਹੋ। ਤੂੰ ਤਵਾਇਫ, ਮੈਂ ਤੂਫਾਨ, ਤੂੰ ਕੰਜਰੀ ਮੈਂ ਕਾਤਲ, ਤੂੰ ਬਾਈ ਮੈਂ ਬਦਮਾਸ਼, ਤੂੰ ਅਦਾ ਮੈਂ ਇੰਤਕਾਮ, ਤੂੰ ਸਰਾਪਾ ਝੂਠ ਮੈਂ ਸਰਾਪਾ ਸੱਚ, ਮੇਰਾ ਸਾਥ ਕਿਵੇਂ ਹੋ ਸਕਦਾ? ਤੇਰੇ ਚੋਰ ਕੁਤਬ ਹੋ ਸਕਦਾ ਹੈ, ਮਨਸੂਰ ਫਾਇਲ ਲੱਗ ਸਕਦਾ ਹੈ, ਤੇ ਤੂੰ ਮੇਰਾ ਕਿਉਂ ਨਹੀਂ ਹੋ ਸਕਦਾ? ਮੈਂ ਤੇਰੇ ਕੋਠੇ ਤੇ ਤੈਨੂੰ ਜੱਫੇ ਪਾਉਣ ਨਹੀਂ, ਆਪਣੇ ਸਵਾਲ ਦਾ ਜਵਾਬ ਸੁਣ ਆਇਆ ਵਾਂ। ਸਵਾਲ ਸੌ ਪੁੱਛ ਪਰ ਸੱਚਨ ਬਣ ਕੇ ਪੁੱਛ। ਤੂਫਾਨ ਬਣ ਕੇ ਨਾ ਖਲੋ, ਤਮਾਸ਼ਬੀਨ ਬਣ ਕੇ ਬਹਿ ਜਾ, ਨਫ਼ਰਤ ਨਾਲ ਨਾ ਵੇਖ, ਅੱਖਾਂ 'ਚ ਪਿਆਰ ਭਰ ਕੇ ਹੱਥ 'ਚ ਪੈਸੇ ਫੜ ਲੈ ਤੇ ਨੋਟਾਂ ਦੀ ਬਾਰਿਸ਼ ਕਰਦਾ ਰਹੋ। ਕੰਜਰੀ ਨੱਚ ਪਈ ਤੇ ਆਪਣੇ ਆਪ ਬੋਲ ਪਵੇਗੀ। ਬਾਈ ਜੇ ਕੁਝ ਦੇਰ ਬਹਿ ਕੇ ਇਹਨੂੰ ਨੋਟ ਦੇਣ ਨਾਲ ਮੈਨੂੰ ਦੁਸ਼ਮਣ ਦਾ ਪਤਾ ਲੱਗ ਜਾਏ ਤੇ ਸੌਦਾ ਕਰ ਲੈਣਾ ਚਾਹੀਦਾ। ਮੇਰੇ ਪਿਆਰ ਨੂੰ ਤੇਰੀ ਚਾਲ ਤੇ ਚਲਾਕੀ ਸਮਝ ਕੇ ਮੂੰਹ ਨਾ ਫੇਰ ਬੱਬੂ ਖਾਨ, ਤੈਨੂੰ ਪਿਆਰ ਕਰਨਾ ਮੇਰੀ ਜ਼ਰੂਰਤ ਹੈ, ਇਸ ਲਈ ਕਿ ਜਿਹਨੂੰ ਤੂੰ ਲੱਭ ਰਿਹਾ ਮੈਂ ਉਹਦੀ ਕੈਦੀ ਹਾਂ। ਉਹੀ ਉਹ ਸ਼ਖਸ ਹੈ ਜਿਹਦੇ ਆਰਡਰ ਤੇ ਮੈਂ ਡਿਪਟੀ ਨੂੰ ਬਹਾਲ ਕਰਵਾਤਾ, ਤੇ ਜਿਸ ਹਿਰਵਨ ਦਾ ਤੂੰ ਦੁਸ਼ਮਣ ਹੈ ਇਹ ਹਿਰਵਨ ਵੀ ਉਹਦੇ ਹੁਕਮ ਨਾਲ ਵਿਕਦੀ ਹੈ। ਕੀ ਨਾਂ ਹੈ ਉਹਦਾ? ਉਹਦਾ ਨਾਂ ਅਮੀਰ ਖਾਨ। ਚਾਲੀਸਵੇਂ ਦੇ ਮੌਕੇ ਤੇ ਤੁਹਾਡੀ ਕੁਰਸੀ ਸੰਭਾਲ ਕੇ ਤੁਹਾਨੂੰ ਕਿੰਨਾ ਵੱਡਾ ਤੇ ਆਪਣੇ ਆਪ ਨੂੰ ਕਿੰਨਾ ਛੋਟਾ ਮਹਿਸੂਸ ਕਰਨਾ ਵਾ। ਤੂੰ
ਸੀਦਾ ਸਭ ਤੋਂ ਵੱਡਾ ਬੇਗੈਰਤ ਤੇਰੇ ਭੋਜਨ ਮੁਨਾਫਕਾ। ਬੜਾ ਸ਼ੌਕ ਸੀ ਤੈਨੂੰ ਵੇਖਣ ਦਾ। ਮੇਰੇ ਬੰਦੇ ਕਹਿੰਦੇ ਨੇ ਕਿ ਤੂੰ ਇਸ ਮੁਲਕ ਵਿੱਚ ਕੋਈ ਨਸ਼ਾ ਬਰਦਾਸ਼ਤ ਨਹੀਂ ਕਰ ਸਕਦਾ ਤੇ ਸਾਨੂੰ ਨਸ਼ੇ ਦੀ ਬਹੁਤ ਸਖਤ ਆਦਤ ਪੈ ਗਈ ਹੈ। ਆਖਿਰ ਆਇਆ ਨਾ ਊਂਟ ਪਹਾੜ ਦੇ ਥੱਲੇ, ਤੂੰ ਸਿਰਫ ਮੇਰਾ ਇੱਕ ਅੱਡਾ ਤਬਾਹ ਕੀਤਾ ਸੀ ਤੇ ਮੈਂ ਉਹਦੇ ਬਦਲੇ ਤੇਰੇ ਸਿਰਫ ਇੱਕ ਭਰਾ ਨੂੰ ਹੀਰੋਇਨ ਲਾ ਕੇ ਮਾਰ ਦਿੱਤਾ, ਫਿਰ ਵੀ ਤੈਨੂੰ ਹੋਸ਼ ਨਹੀਂ ਆਈ। ਇੱਕ ਇੱਕ ਕਰਕੇ ਤੂੰ ਮੇਰੇ ਕਿੰਨੇ ਬੰਦੇ ਮਾਰ ਦਿੱਤੇ ਇਸ ਡਿਪਟੀ ਦੀ ਸ਼ਹਿ ਤੇ, ਇਸ ਡਿਪਟੀ ਦੀ। ਹੁਣ ਇਹਨੂੰ ਕਹੋ ਕਿ ਤੇਰੀ ਭੈਣ ਨੂੰ ਛੁਡਾਇਆ ਜਿਹਨੂੰ ਇਹਦੇ ਸਾਹਮਣੇ ਮੇਰੇ ਬੰਦੇ ਲੈ ਗਏ ਨੇ। ਬੱਬੂ ਖਾਨ ਹੁਣ ਹਥਿਆਰ ਸੁੱਟ ਕੇ ਸਿਰ ਚੁਕਾ ਲੈ। ਸੋਫੀਆ ਨਾਲ ਤੇ ਗੱਲ ਕਰ ਲਵਾਂ, ਅਮਾਨਤ ਤੇ ਮਿੱਟੀ ਦੇ ਵਾਲੇ ਕੀਤੀ ਜਾਏ। ਕੁੱਤੇ ਨੂੰ ਕਿਸੇ ਦੇ ਘਰ ਦਾ ਪਹਿਰੇਦਾਰ ਰੱਖ ਲਿੱਤਾ ਜਾਏ, ਉਹ ਵੀ ਪੌਂਕ ਕੇ ਪਹਿਰਾ ਦੇ ਦਿੰਦਾ। ਦੱਸ ਤੇ ਸਹੀ ਓਏ, ਤੂੰ ਕਿਸ ਨਸ਼ੇ ਵਿੱਚ ਹੋਏ ਤੇ ਕਿਸ ਖੂਨ ਦਾ? ਮੇਰੀ ਭੈਣ ਨੂੰ ਬਰਬਾਦ ਕਰਵਾ ਦਿੱਤਾ ਈ, ਮੈਂ ਆਪਣੀ ਜਾਨ ਤਲੀ ਤੇ ਰੱਖ ਕੇ ਤੇਰੀ ਭੈਣ ਦੀ ਇੱਜ਼ਤ ਬਚਾਈ ਤੇ ਤੂੰ ਆਪਣੀ ਜਾਨ ਬਚਾ ਕੇ ਮੇਰੀ ਭੈਣ ਨੂੰ ਬਰਬਾਦ ਕਰ ਦਿੱਤਾ। ਇਨਸਾਫ ਵੀ ਨਹੀਂ, ਇਨਸਾਨੀਅਤ ਵੀ ਨਹੀਂ। ਮੈਨੂੰ ਇੰਜ ਲੱਗਿਆ ਡਿੱਪੀ ਜਿਵੇਂ ਮੈਂ ਆਪਣੀ ਭੈਣ ਕਾਨੂੰਨ ਦੇ ਨਹੀਂ ਕਿਸੇ ਬੇਗੈਰਤ ਦੇ ਹਵਾਲੇ ਕਰ ਦਿੱਤੀ ਹੈ। ਇਹ ਕੀ ਡਰਾਮਾ ਹੈ? ਤੁਹਾਨੂੰ ਕਿੰਨੇ ਬੰਨੇ ਹੈ ਫੀਰਾ? ਐ ਮੈਂ ਕੀ ਵੇਖ ਰਹੀ ਹਾਂ ਤੇ ਤੁਸੀਂ ਰੋ ਕਿਉਂ ਰਹੇ ਹੋ? ਪਹਿਲਾਂ ਇਹ ਦੱਸ ਤੂੰ ਕਿੱਥੋਂ ਆਈ ਹੈ ਤੇ ਕਿੱਥੇ ਸੈਂ? ਮੈਨੂੰ ਪਿਛਲੇ ਦਰਵਾਜ਼ੇ ਤੋਂ ਸੌਦਾ ਲੈਣ ਭੇਜ ਦਿੱਤਾ ਸੀ, ਕਹਿ ਰਹੇ ਸਨ ਬਹੁਤ ਜ਼ਰੂਰੀ ਮਹਿਮਾਨ ਆ ਰਹੇ ਨੇ। ਡਿਪਟੀ, ਤੇ ਜਿਸ ਭੈਣ ਦੀ ਇੱਜ਼ਤ ਲੁੱਟੀ ਗਈ ਹੈ। ਬੱਬੂ ਖਾਨ, ਉਹ ਮੈਂ ਲਿਆਂਦੀ ਹੈ ਬੱਬੂ ਖਾਨ। ਤੂੰ ਸਾਡੇ ਸਾਥ ਅਹਿਸਾਨ ਕੀਤਾ ਸੀ, ਸਾਹਿਬ ਨੇ ਕਮਾਲ ਲਾਇਆ ਹੈ, ਰੱਬ ਦਾ ਵਾਸਤਾ ਹੀ
ਹੁਣ ਸਾਡੇ ਸਾਹਿਬ ਨੂੰ ਤਾਣਾ ਨਾ ਦੇਵੀ। ਉਹਨਾਂ ਨੇ ਸਾਨ ਚੁਕਾਉਣ ਦੀ ਇੰਤਹਾ ਕਰ ਦਿੱਤੀ ਹੈ। ਹੁਣ ਮੇਰੀ ਇੱਕੋ ਹੀ ਦਰਖਾਸਤ ਹੈ ਬੱਬੂ ਖਾਨ, ਕਾਨੂੰਨ ਨੂੰ ਹੱਥ 'ਚ ਲੈਣ ਦੀ ਬਜਾਏ ਭੈਣ ਨੂੰ ਲੈ ਕੇ ਆਪਣੀ ਜੰਨਤ 'ਚ ਟੁੱਟ ਜਾ। ਮੈਂ ਸਮਝ ਲਾਂਗਾ ਕਿ ਮੇਰੀ ਭੈਣ ਹਾਲੇ ਤੱਕ ਬਗੈਰਤਾਂ ਦੇ ਕਬਜ਼ੇ 'ਚ। ਜਾ ਟੁੱਟ ਜਾ ਬੱਬੂ ਖਾਨ, ਟੁੱਟ ਜਾ, ਟੁੱਟ ਜਾ, ਟੁੱਟ ਜਾ। ਭੈਣ ਤੇਰੀ ਨਹੀਂ, ਮੇਰੀ ਮਾਈ ਹੈ ਟੱਪੀ। ਮੈਨੂੰ ਇਹਦੀ ਇੱਜ਼ਤ ਦੀ ਕਸਮ ਹੈ, ਹੁਣ ਮੈਂ ਇਸ ਮੁਲਕ 'ਚ ਜਦੋਂ ਤੱਕ ਕਾਨੂੰਨ ਤੋੜਦਾ ਰਹਾਂਗਾ, ਜਦ ਤੱਕ ਇਸ ਮੁਲਕ 'ਚ ਚਾਂਡੀਆਂ ਦੀ ਨਸਲ ਦਾ ਆਖਰੀ ਬਾਲ ਨਹੀਂ ਮਰ ਜਾਂਦਾ। ਇਲਾਕੇ ਵਿੱਚ ਕਤਲ ਹੋਇਆ, ਤੈਨੂੰ ਫੋਨ ਵੀ ਕੀਤਾ, ਰਿਪੋਰਟ ਵੀ ਦਰਜ ਕਰਾਈ, ਪਰ ਤੂੰ ਲਾਸ਼ ਚੁੱਕਣ ਦੀ ਤਕਲੀਫ ਵੀ ਗਵਾਰਾ ਨਹੀਂ ਕੀਤੀ। ਫੋਨ ਸੁਣ ਕੇ ਤੁਰ ਪਈਏ ਤੇ ਸਾਰੇ ਬੈਣਾ ਮੁਹਾਲ ਹੋ ਜਾਏ। ਫੋਨ ਦਾ ਕੀ ਹੈ? ਕੁਝ ਦੇਰ ਪਹਿਲੇ ਫੋਨ ਆਇਆ ਸੀ ਕਿ ਸਾਡੇ ਘਰ ਅੱਗ ਲੱਗੀ ਹੈ, ਆ ਕੇ ਬੁਝਾ ਜਾਓ। ਬਾਲਾ ਕੋਈ ਫਾਇਰ ਬ੍ਰਿਗੇਡ ਦਾ ਦਫ਼ਤਰ ਤੇ ਨਹੀਂ ਡਰ ਉਸ ਵਕਤ ਡਿਪਟੀ, ਜਦੋਂ ਕੋਈ ਅੱਗ ਤੇਰੇ ਘਰ ਨੂੰ ਲੱਗੇਗੀ। ਵੇ ਹੁਣ ਤੇ ਯਕੀਨ ਕਰਕੇ ਉੱਠ ਪਾ। ਮੈਂ ਸੱਕੀ ਧੀ ਦੀ ਲਾਸ਼ ਲੈ ਕੇ ਆਈ ਹਾਂ, ਤੇ ਕਤਲ ਮੇਰੇ ਸਾਹਮਣੇ ਹੋਇਆ। ਵੇ ਹੁਣ ਤੇ ਚਾਂਡੀਆ ਤੇ ਉਹਦੇ ਭਰਾ ਦੇ ਖਿਲਾਫ ਰਿਪੋਰਟ ਦਰਜ ਕਰ ਲੈ ਡਿਪਟੀ। ਉਹ ਰਸਮ ਬਹੁਤ ਪੁਰਾਣੀ ਹੋ ਚੁੱਕੀ ਹੈ ਮਾਈ, ਕਤਲ ਹੋਵੇ ਤੇ ਵੱਡੇ ਆਦਮੀ ਦਾ ਨਾਂ ਲਿਖਵਾ ਕੇ ਹਮੇਸ਼ਾ ਬਲੈਕਮੇਲ ਕੀਤਾ ਜਾਂਦਾ ਹੈ। ਫਿਰ ਤੈਨੂੰ ਕੁਝ ਪੈਸਿਆਂ ਦੀ ਲੋੜ ਹੋਵੇ ਤੇ ਫਿਰ ਫਿਕਰ ਨਾ ਕਰ, 2-4 ਲੱਖ ਤੇਰੇ ਘਰ ਪੁਛਾ ਦਿਆਂਗਾ। ਮੁਨਸ਼ੀ। ਯੈਸ ਸਰ। ਨਾ ਮਾਲੂਮ ਕਾਤਲਾਂ ਦੇ ਖਿਲਾਫ ਪਰਚਾ ਕੱਟ ਕੇ ਲਾਸ਼ ਹਸਪਤਾਲ ਪੁਛਾ ਦੇ। ਓਕੇ ਸਰ। ਕਈ ਵਾਰੀ ਸਮਝਾਇਆ ਇਸ ਮਾਂ ਨੂੰ ਕਿ ਜਿਸ ਮੁਲਕ 'ਚ ਹਰ ਕੁਰਸੀ ਕਿਰਾਏ ਤੇ ਚੜ ਜਾਏ, ਹਰ ਕਾਨੂੰਨ ਦਾ ਮੁਹਾਫਿਜ ਮੁਜਰਮਾਂ ਦਾ ਬਾਡੀ ਗਾਰਡ ਬਣ ਜਾਏ, ਉੱਥੇ ਮਾਵਾਂ ਨੂੰ ਇਨਸਾਫ ਨਹੀਂ ਮਿਲਦਾ। ਅਮੀਰ ਖਾਨ ਕਿੱਥੇ ਰਹੇ? ਮੇਰੇ ਕੋਲ ਇਹ ਪੁੱਛਣ ਦੀ ਵੀ ਪਾਵਰ ਨਹੀਂ। ਮੇਰੇ ਕੋਲ ਉਹਨੂੰ ਛੱਡਣ ਦੀ ਪਾਵਰ ਸੀ, ਮੈਂ ਉਹਨੂੰ ਛੱਡ ਦਿੱਤਾ। ਮੇਰੀ ਪਾਵਰ ਮਹਿਕਮਾ ਪੁਲਿਸ ਤੋਂ ਲੈ ਕੇ ਇਸ ਮੁਲਕ ਦੇ ਹਰ ਮੁਜਰਮ ਤੱਕ ਖਰਾਬ ਕਰੇਗੀ। ਹੁਣ ਤਫਤੀਸ਼ ਵੀ ਮੇਰੀ, ਕਾਨੂੰਨ ਵੀ ਮੇਰਾ, ਇਨਸਾਫ ਵੀ ਮੇਰਾ।
ਜ਼ਮੀਰ ਨੂੰ ਜ਼ਿੰਦਾ ਰਹਿਣ ਦੀ ਬੜੀ ਮੌਲਤ ਦਿੱਤੀ ਏ, ਪਰ ਕਾਨੂੰਨ ਤੇ ਕੌਮ ਨੂੰ ਬਚਾਉਣ ਲਈ ਤੇਰਾ ਕਤਲ ਬਹੁਤ ਜ਼ਰੂਰੀ ਹੋ ਗਿਆ। ਮੈਨੂੰ ਯਕੀਨ ਸੀ ਕਿ ਤੂੰ ਮੈਨੂੰ ਬੱਬੂ ਖਾਨ ਤੱਕ ਛੱਡਣ ਆਪ ਜਾਏਗਾ। ਮੈਨੂੰ ਹੁਣ ਸਮਝ ਆਈ ਹੈ ਕਿ ਕੰਜਰੀ ਤੇ ਇੱਕ ਬੇਗੈਰਤ ਦਾ ਇਨਾ ਪਿਆਰ ਕਿਉਂ ਹੈ। ਸੋਚ ਕੇ ਬੋਲ ਤੇ ਹੋਸ਼ ਕਾਇਮ ਰੱਖ ਡਿਪਟੀ, ਤੂੰ ਬੱਬੂ ਖਾਨ ਨੂੰ ਬੇਗੈਰਤ ਕਹਿ ਰਿਹਾ ਹੈ। ਜਿਹੜਾ ਸ਼ਖਸ ਆਪਣੀ ਬਦਮਾਸ਼ੀ ਤੇ ਜ਼ੋਰ ਤੇ ਮਾਸੂਮ ਕੁੜੀਆਂ ਦੀ ਇੱਜ਼ਤ ਨਾਲ ਖੇਡ ਕੇ ਉਹਦੇ ਪੇਟ ਵਿੱਚ ਹਰਾਮ ਬਾਲ ਦੇ ਦੇਵੇ, ਉਹਨੂੰ ਬੇਗੈਰਤ ਨਾ ਕਵਾਂ ਤੇ ਹੋਰ ਕੀ ਕਵਾਂ। ਯਕੀਨ ਨਹੀਂ ਹੂੰ ਤਾਂ ਪੁੱਛ ਇਹਨਾਂ ਨੂੰ। ਖੁਦਾ ਦਾ ਵਾਸਤਾ ਹੀ ਇਹ ਖਬਰ ਅਖਬਾਰ ਇਸ ਤਰ੍ਹਾਂ ਛਪਵਾਈ, ਨਹੀਂ ਤੇ ਬੱਬੂ ਖਾਨੇ ਮੇਰੀ ਪੂਰੀ ਨਸਲ ਮਰਵਾ ਦੇਣੀ। ਉਹਦੇ ਜ਼ੁਲਮ ਦਾ ਸ਼ਿਕਾਰ ਹੋਣ ਵਾਲੀ ਮੈਂ ਪਹਿਲੀ ਕੁੜੀ ਤੇ ਨਹੀਂ ਜਿਹੜੀ ਤੂੰ ਪਰੇਸ਼ਾਨ ਹੋ ਗਈ ਹੈ। ਮੇਰੇ ਜਿਹੀਆਂ ਲੱਖਾਂ ਆਪਣੇ ਗੁਨਾਹ ਦਾ ਬੋਝ ਚੁੱਕ ਚੁੱਕ ਕੇ ਗੁਮਨਾਮੀ ਦੀ ਮੌਤ ਮਰ ਗਈਆਂ ਨੇ। ਨਹੀਂ ਹੋ ਸਕਦਾ, ਫਿਰ ਤੂੰ ਮੈਨੂੰ ਇੱਕ ਵਾਰੀ ਬੱਬੂ ਖਾਨ ਦੇ ਕੋਲ ਲੈ ਜਾ, ਮੈਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿਆਂਗੀ। ਜੋੜ ਕੇ ਥੱਲੇ ਆ ਜਾ ਬੱਬੂ ਖਾਨ, ਅੱਜ ਮੈਂ ਤੇਰੇ ਸਾਹਮਣੇ ਇੱਕ ਸ਼ੀਸ਼ਾ ਲੈ ਕੇ ਆਈ ਆ। ਦੇਖ ਬੱਬੂ ਖਾਨ, ਪਰੇਸ਼ਾਨ ਨਾ ਹੋ ਜ਼ਮਰੂਦ ਭਾਈ, ਡਰਾਮਾ ਅਸੀਂ ਇਹਦੇ ਸਿਰ ਤੱਕ ਪਹੁੰਚਣ ਲਈ ਰਚਾਇਆ ਸੀ। ਇਹਦੇ ਕੋ ਹੱਚਾ ਸਮਰਦ, ਇਹਨੇ ਉਹਦਾ ਸਿਰ ਲੈਣ ਦਾ ਖੌਫ ਦੇਖਿਆ, ਜਿਹਦਾ ਨਾਂ ਸੁਣ ਕੇ ਲੋਕਾਂ ਦੇ ਸਿਰ ਤਲੀ ਤੇ ਆ ਜਾਂਦੇ ਨੇ। ਇਸੇ ਲਈ ਤੇ ਮੈਂ ਇਸ ਇੱਕ ਸਿਰ ਨੂੰ ਲਾਣ ਲਈ 101 ਨਿਸ਼ਾਨੇਬਾਜ਼ ਲੈ ਕੇ ਆਇਆ ਮੈਂ। ਬੱਬੂ ਖਾਨ ਜ਼ਰਾ ਤੁਹਾਨੂੰ ਫਿਰ ਕੇ ਵੇਖ। ਮੇਰੀ ਅੱਖ ਦਾ ਰੰਗ ਲਾਲ ਹੋਵੇ ਤੇ ਹੱਥੋਂ ਟਿਕ ਪੈਂਦਾ, ਜੇ ਬਾਰੂਦ ਵੀ ਪਾਕਿਆ ਤੇ ਉਹਦੇ ਧੂਏ ਚ ਕਈ ਤਾਰੇ ਵੀ ਲਾਲ ਹੋ ਜਾਣੀ। ਚਲਾ ਜਾ ਡਿਪਟੀ, ਦਾਵਾ ਆਪਣੀ ਦੁਖਤੀ ਰੱਖਦੇ ਕਾਨੂੰਨ ਦਾ ਅੰਗੂਠਾ ਵੇਖ ਕੇ ਕਰ ਬੱਬੂ ਖਾਨ।
ਆਓ ਨਾ ਡਿਪਟੀ ਸਾਹਿਬ, ਕਿਸੇ ਲਈ ਖੋਟਾ ਸਿੱਕਾ ਵੀ ਚੱਲ ਜਾਂਦਾ ਜੇ। ਕਿਉਂ, ਕੈਸਾ ਚੱਲਿਆ ਜੇ?
ਪੈਟਰੋਲ ਲਿਆ ਏ। ਲਓ ਜੀ ਅੱਜ ਫਿਰ ਪੈਟਰੋਲ ਨਾਲ ਹੀ ਬਦਮਾਸ਼ ਸਟਾਰਟ ਹੋਣਗੇ ਤੇ ਕੱਚਾ ਧੂਆਂ ਦੇਣਗੇ। ਅੱਜ ਮੈਨੂੰ ਯਕੀਨ ਆ ਗਿਆ ਕਿ ਤੁਸੀਂ ਇਸ ਮੁਲਕ ਵਿੱਚ ਕੋਈ ਚੰਗਾ ਬੰਦਾ ਜਿੰਦਾ ਨਹੀਂ ਰਹਿਣ ਦੇਣਾ। ਪਰ ਮੇਰੀ ਗੱਲ ਯਾਦ ਰੱਖੀਏ, ਇੱਕ ਦਿਨ ਐਸਾ ਜ਼ਰੂਰ ਆਵੇਗਾ ਕਿ ਕਾਨੂੰਨ ਰੱਬ ਦੇ ਹੱਥ ਚੁੱਕ ਕੇ ਦੁਆ ਮੰਗੇਗਾ ਕਿ ਬੱਬੂ ਹੋਰ ਚਮੜਾ ਚਾਹੀਦਾ।